ਉਹ ਪਰਲਾ ਜਿਹੜਾ ਸਾਡਾ ਕਿਆੜਾ ਚ ਉੱਤੇ ਸੀ ਬੀਜਿਆ ਸੀਗਾ ਬਾਜਰਾ, ਉਹ ਚ ਬਾਜਰਾ ਕਾਸ਼ਤ ਕੀਤਾ ਵਾ ਦੇਸੀ ਜੀ। ਫਿਰ ਆਪਣਾ ਘਰ ਦਾ ਬੀਜ ਸੀਗਾ ਦੇਸੀ ਸੀ, ਇਹ ਰਹਿੰਦਾ ਬਰੀਕ ਆ, ਜੇ ਮਾਲ ਬੜੇ ਸ਼ੋਰ ਰੱਖਦਾ ਇਹ ਦੇਸੀ ਬਾਜਰਾ ਵਾ। ਆਹ ਉਸ ਤੋਂ ਕਿਹੜੇ ਲੁਸਣ ਦੇ ਸੀਗੇ, ਇਹ ਵੱਢ ਲਿਆ ਜੀ। ਆਹ ਹੈਗਾ ਜੀ ਸਬਜ਼ੀ ਦਾ ਸੀਗਾ, ਇਹ ਅਸੀਂ ਕੱਲ੍ਹ ਰੋਟਾਵੇਟਰ ਮਾਰਿਆ ਵਾ, ਅਤੇ ਇੱਥੇ ਵਿੱਚ ਸਬਜ਼ੀ ਬੀਜਣੀ ਹੈ ਜੀ। ਲਸਣ ਸੀਗੇ, ਕੋਈ ਮੇਥੇ ਸਿੱਟਾ ਦਾ, ਇਹ ਅਸੀਂ ਹੁਣ ਇੱਥੇ ਬੀਜਣੀ ਸਬਜ਼ੀ, ਭਿੰਡੀ ਬੀਜਣੀ, ਟਿੰਡੇ ਬੀਜਣੇ ਜੀ। ਜੀ ਹੁਣ ਅਸੀਂ ਜੀ ਇਸ ਕਰਨ ਨੂੰ ਟੱਕ ਲਿਆ, ਆਪਣੇ ਆਖਰੀ ਕਿਹੜਾ ਸਾਡਾ ਕਿਹੜਾ ਲੁਸਣ ਦਾ ਸੀਗਾ। ਆਹ ਜੀ ਇਹ 4 ਸਾਲ ਹੋ ਗਿਆ ਜੀ, 4 ਸਾਲ ਹੋ ਗਿਆ ਇਹਨੂੰ, ਇਹ ਚੂਹਾ ਜੀ ਪੈ ਗਿਆ ਹੋਇਆ ਸੀਗਾ। ਤੋ ਪਾਂਡੇ ਹੁਣ ਵੱਢ ਲੈਂਦੇ ਆ, ਕੋਈ ਸੁਬਹ ਵੱਢ ਲਾਂਗੇ। ਅਸਲਾਮੁ ਅਲੈਕੁਮ, ਮੈਂ ਤਾਂ ਕੈਸੇ ਹੋਂਗੇ ਆਪ ਲੋਕ, ਮੈਂ ਤਾਂ ਸਭ ਠੀਕ ਠਾਕ ਹੋਂਗੇ। ਅੱਲਾਹ ਤਾਲਾ ਆਪਕੋ ਹਮੇਸ਼ਾ ਖੁਸ਼ ਰੱਖੇ, ਆਬਾਦ ਰੱਖੇ, ਢੇਰੋ ਖੁਸ਼ੀ ਅਤਾ ਫਰਮਾਏ। ਅੱਲਾਹ ਤਾਲਾ ਕੇ ਕਰਮ ਸੇ ਮੈਂ ਬਿਲਕੁਲ ਠੀਕ ਹੂੰ। ਅਗਰ ਆਪ ਯੂਟਿਊਬ ਪਰ ਨਏ ਹੋ ਤਾਂ ਤਨਵੀਰ ਭਾਈ ਕੋ ਯੂਟਿਊਬ ਪਰ ਸਬਸਕ੍ਰਾਈਬ ਕੀਜੀਏ। ਜੋ ਹੁਣ ਅਸੀਂ ਚੱਲੇ ਸੀਗਾ ਜੀ ਬਲੂਨ 'ਚ ਜਾਣਾ ਵਾ, ਅਤੇ ਡਰੇਲ ਲੱਗਣੀ ਆ, ਅਤੇ ਤਿਲੀ ਦਿਆ ਵਿੱਚ ਹੀ ਉਹਦੇ ਵੱਟਾਂ ਪਾਉਣੀਆਂ ਵਾ, ਅਤੇ ਵੀ ਆਪਣਾ ਜੀ ਮੂੰਗੀ ਦਾ ਬੀਜ ਸੀਗਾ ਘਾਟ ਦਾ ਜੀ, ਪਿੱਪਲਾਂ ਬੀਜ ਸੀਗਾ ਮੂੰਗੀ ਦਾ, ਚੰਗਾ ਬੀਜ ਸੀਗਾ ਜੀ। ਅਤੇ ਪਿਛਲੇ ਸਾਲ ਜੀ ਬਾਰਿਸ਼ਾਂ 'ਚ ਤਾਂ ਕਾਫੀ ਲੋਕਾਂ ਦਾ ਜੀ ਖਰਾਬ ਹੋ ਗਿਆ ਵਾ, ਕਿਸੇ ਕਿਸੇ ਦਾ ਜੀ ਬਚਿਆ ਵਾ, ਜਿਹੜਾ ਮਾੜਾ ਮੋਟਾ ਕਿਸੇ ਨੇ ਵੀ ਬਚਿਆ ਵਾ ਪਿਛਲੇ ਸਾਲ ਦਾ ਜੀ, ਉਹਨੇ ਸਾਫ ਦੋ ਦਫ਼ਾ ਤਿੰਨ ਦਫ਼ਾ ਸਾਫ ਕਰ ਕਰਕੇ ਜੀ ਛੰਡਿਆ, ਬੀਜਾ ਕੱਢਿਆ ਵਾ। ਇੱਕ ਜੀ ਬੀਜ ਲੈਣਾ ਬਹੁਤ ਔਖਾ ਵਾ, ਬੀਜ ਖਰਾਬ ਹੋ ਗਿਆ ਸੀ ਬਾਰਿਸ਼ਾਂ ਦਾ, ਇਸ ਹਾਲੇ ਬੀਜ ਪੁੱਛਿਆ ਸੀਗਾ, ਬੀਜ ਹੈਗਾ ਮਹਿੰਗਾ, ਅਸੀਂ ਆਪ ਵੇਚਣਾ ਸੀ ਹੋਰ ਵੀ ਵੇਚਣਾ ਸੀਗਾ ਜੀ। ਫਤਿਹਪੁਰ ਕਹੇ ਸੀ ਬੀਜ ਲੈਣ, ਕਹਿੰਦੇ ਬੀਜ ਪੁੱਛਿਆ ਰੇਟ, ਬੀਜ ਕਾਫੀ ਮਹਿੰਗਾ ਜੀ। ਇਸ ਕੋਲ ਅਸੀਂ ਆਪਾਂ ਜੀ ਬੀਜ ਬੀਜਿਆ ਵਾ, ਕੁਛ ਥੋੜ੍ਹਾ ਜਿਹਾ ਡੈਮੇਜ, ਸਾਫ ਚੰਗਾ ਕੀਤਾ ਸੀਗਾ। ਅਤੇ ਇੱਕ ਜੇ ਇੱਥੇ ਸਾਡੇ ਦੁਕਾਨ ਇੱਥੇ ਅਸੀਂ ਪੁੱਛਿਆ ਬੀਜ ਦਾ ਵੀ ਕਿਸੇ ਕੋਲ ਵੀ, ਉਹ ਬੀਜ ਕਿਸੇ ਕੋਈ ਕਿਸੇ ਕੋਲ ਪਿਆ ਬੀਜ, ਤਾਂ ਨਹੀਂ ਤਾਂ ਕੋਈ ਨਹੀਂ ਦਿੰਦਾ ਹੈਗਾ, ਕਹਿੰਦਾ ਸਾਡਾ ਆਪਣਾ ਜੋਖਾ ਹੀ ਆ, ਸਾਡਾ ਆਪਣਾ ਸਾੜ 'ਚ ਤਾਂ ਬਹੁਤ ਆ। ਅਤੇ ਇਸ ਕੋਲ ਜੀ ਅਸੀਂ ਆਪ ਹੀ ਆਪਣਾ ਬੀਜ ਲਿਆ ਵਾ, ਸੁਬਹਾ ਸਾਡੇ ਕੋਲ ਇੱਕ ਬੰਦਾ ਆਇਆ ਸੀ ਬੀਜ ਪੁੱਛਣ, ਇੱਕ ਬੋੜੀ, ਕਹਿੰਦਾ ਇੱਕ ਬੋੜੀ ਬੀਜੇ ਦੇ, ਅਤੇ ਅਸੀਂ ਕਿਹਾ ਬੀਜਾ ਤਾਂ ਹੈ ਨਹੀਂ ਗਾ, ਅਤੇ ਅਸੀਂ ਟਰਕਾ ਦੱਸ ਕੇ ਬੀਜ ਹੈ ਨਹੀਂ ਗਾ, ਅਤੇ ਅਸੀਂ ਪਿਛਲੇ ਸਾਲ ਹੋ ਗਿਆ ਸੀ ਖਰਾਬ, ਬੀਜ ਹੈ ਨਹੀਂ ਗਾ, ਅਸੀਂ ਆਪ ਵੀ ਮੁੱਲ ਲਿਆ ਕੇ ਪਾਉਣਾ ਵਾ। ਅਸੀਂ ਰੇਟ ਪੁੱਛਿਆ ਬਾਹਰੋਂ, ਅਤੇ ਬੀਜ ਕਾਫੀ ਮਹਿੰਗਾ ਸੀਗਾ, ਅਸੀਂ ਅੱਜ ਕੱਲ੍ਹ ਆਪਣਾ ਅਸੀਂ ਬੀਜ ਪਾਇਆ ਵਾ, ਥੋੜ੍ਹਾ ਕੋਈ ਡੈਮੇਜ ਸਾਫ ਤਾਂ ਕੀਤਾ ਸੀਗਾ, ਥੋੜ੍ਹਾ ਜਿਹਾ ਡੈਮੇਜ ਸੀਗਾ ਜੀ। ਹੁਣ ਅਸੀਂ ਭਾਈ ਗਿਆ ਸੀਗਾ ਜੀ ਡਰਿੱਲ ਕਿਹੜਾ ਕਿ ਲੈ ਕੇ, ਸੁਬਹਾ ਸੁਬਹਾ ਗਿਆ ਸੀਗਾ ਟਰੈਕਟਰ ਵਿੱਚ, ਡਰਿੱਲ ਮੂੰਗਾ ਖੇਡਦਾ ਪਿਆ ਸੀਗਾ, ਅਤੇ ਅਸੀਂ ਹੁਣ ਜਾਵਾਂਗੇ ਕੁਛ ਦੇਖਾਂਗੇ ਕਿੰਨਾ ਘੇਰ ਲਿਆ ਵਾ, ਅਤੇ ਮੈਂ ਵੱਟਾ ਪਾਸ ਦੀਆ, ਮੈਂ ਵੱਟਾ ਸਿੱਧੇ ਸਿਰੇ ਚਾੜੂੰਗਾ ਜੀ, ਕੁਛ ਚਾੜਨੀ ਆ, ਕੁਛ ਮੂੰਗਾ ਵੀ ਉਹਨੇ ਘੇਰ ਦਿੱਤਾ ਹੋਣਾ, ਜਾਂ ਕਿੱਲਾ ਦੋ ਬੱਚੇ ਹੋਣੇ ਆ ਘੇਰਨੇ ਵਾਲੇ ਜੀ। ਮੂੰਗੇ ਕਾਸ਼ਤ ਛਿੜੂ ਆ, ਇਹ ਡਰਿੱਲ ਕਰਦੇ ਪਏ ਜੀ, ਕੱਲ੍ਹ ਹਲ ਮਾਰੇ ਸੀ ਇੱਥੇ ਅਸੀਂ, 3 ਕਿੱਲੇ 2.5 ਕਿੱਲੇ ਤਿਲੀ ਵਿੱਚ ਹੀ ਆ ਜੀ, 5 ਕਿੱਲੇ ਮੂੰਗਾ ਵਾ। ਸਾਡੀ ਡਰਿੱਲ ਆ, ਅਤੇ ਛੋਲਿਆਂ ਦੇ ਵੀ ਇਹ ਕੰਮ ਅਸੀਂ ਪਾਉਂਦੇ ਹਾਂ, ਅਤੇ ਮੂੰਗੇ ਵਾਸਤੇ ਵੀ ਜੇ ਇਹ ਹੀ ਆ, ਇਹ ਸਹੀ ਲੱਗੀ ਜਾਂਦੀ ਹੈ, ਨਾ ਬਹੁਤ ਡੂੰਘੀ ਜਾਂਦੀ ਨਾ ਬਹੁਤ ਸਹੀ ਆ।
ਛੇ ਅੱਠ ਕੋਲ ਡਰਿੱਲ ਆ ਸਾਡੇ ਅਤੇ ਮੂੰਗੀ ਵਾਸਤੇ ਵੀ ਇਹੀ ਹੁੰਦੀ ਜੀ ਸਾਡੇ ਕੋਲ ਅਤੇ ਛੋਲਿਆਂ ਵਾਸਤੇ ਵੀ ਜੀ ਇਹ ਸਾਡੇ ਤਿੰਨ ਧੜਾ ਸੀਗਾ ਅੱਗੇ ਵੀ ਤੁਹਾਨੂੰ ਵੀਡੀਓ ਵਿੱਚ ਦਿਖਾਈ ਸੀ ਧੜ ਬੰਨ ਲੈਂਦੇ ਜੀ ਅੱਠਾਂ ਕਿਲੇ ਧੜ ਰੱਖੀ ਹੈ ਜੀ ਪਿਛਲੇ ਸਾਲ ਜੀ ਮੋਗੇ ਸੀਗੇ ਅੰਬ ਭਾਵੇਂ ਤੂੜੇ ਕਾਲੇ ਵੀ ਹੋ ਗਏ ਸੀਗੇ ਅਤੇ ਮਾਲ ਖਾਧੀ ਹੈ ਬੜੀ ਜੀ ਤੂੜੀ ਐਸੇ ਅਸੀਂ ਅੱਗੇ ਅਸੀਂ ਅੱਠਾਂ ਕਿਲੇ ਤੂੜੀ ਰੱਖੀ ਆਪਣੀ ਮਾਲ ਵਾਸਤੇ ਜੀ ਅਸੀਂ ਇੱਕ ਵਿੱਚ ਹੀ ਨੀਗੀ ਛੇ ਕਿਲੇ ਸੀਗੀ ਸਾਡੇ ਕਿਹੜਾ ਕਿਸੇ ਉੱਥੇ ਉਹ 'ਚ ਵੇਚੀ ਆ ਤੂੜੀ ਅੱਜ ਅੱਠਾਂ ਕਿਲਿਆਂ 'ਚ ਰੱਖ ਲਈ ਆ ਅਤੇ ਸਾਡੇ ਕਣਕ ਸਾਰੇ ਸਾਰੇ ਮੁਕੰਮਲ ਹੋ ਗਏ ਜੀ ਹੁਣ ਅਸੀਂ ਸ਼ੁਰੂ ਅੱਜ ਬਚਾਈ ਆ ਲਓ ਆਹ ਦੇਖ ਸਕਦੇ ਜੀ ਆਹ ਨਾਭ ਉਹਦੇ ਡੂੰਘੀ ਜਾਂਦੇ ਨਾਭ ਉਹਦੇ ਡੂੰਘੀ ਹੁੰਦੀ ਨਾਭ ਉਹਦੇ ਉੱਚੇ ਉੱਤੇ ਰਹਿੰਦੀ ਜੀ ਸਹੀ ਆ ਜੀ ਆਹ ਦੇਖ ਦਾਣੇ ਪਏ ਇਹਦੇ ਮੂੰਗੀ ਦਾ ਜੀ ਨਾ ਅਤੇ ਅਸੀਂ ਹੁਣ ਮੋਟਰਸਾਈਕਲ ਇੱਕ ਸਾਡੇ ਕੋਲ ਸੀਗੇ ਜੀ 2022 ਮਾਡਲ 15 ਇੱਕ ਸਿਆਲ ਆ ਹੁਣ ਜੀ ਇਹ ਵੀ 22 ਮਾਡਲ ਆ ਜੀ ਸਾਫ਼ ਸੁਥਰਾ ਮੋਟਰਸਾਈਕਲ ਆ ਜੀ ਅਸੀਂ ਹੁਣ ਤਿਲੀ ਵਿੱਚ ਵੱਟਾ ਪਾਉਂਦੇ ਪਏ ਸੀਗੇ ਵੱਟਾ ਪਾਤੀਆਂ ਵਾ ਅਤੇ ਅਚਾਨਕ ਅਸੀਂ ਸਿੜੇ 'ਚ ਚੜ੍ਹਦੇ ਪਏ ਆ ਜੀ ਜਿੰਦਰਾ ਅਸੀਂ ਆਉਂਦਾ ਨਹੀਂ ਹੱਥ ਵਾਲਾ ਅਤੇ ਕਈ ਨਾ ਅਸੀਂ ਚੜ੍ਹਦੇ ਪਏ ਆ ਅਤੇ ਅਸੀਂ ਕਿਹਾ ਕਹਿਣਾ ਜੇ ਇਹ ਹੁੰਦੀ ਆ ਜੇ ਵੱਟ ਜਿਹੜੀ ਨਾ ਘੁੱਟ ਹੋ ਜਾਂਦੀ ਘੁੱਟ ਹੋ ਜਾਂਦੀ ਹੈ ਜਿੰਦਰਾ ਜੇ ਹੱਥ ਜਿੰਦਰਾ ਦੇ ਕੋਲ ਛਿੜ ਜਾਂਦੀ ਪੋਲੀ ਉਹ ਟੁੱਟ ਵੀ ਜਾਂਦੀ ਅਸੀਂ ਜੇ ਹੱਥ ਜਿੰਦਰਾ ਨੇ ਦੋ ਬੰਦੇ ਚਾਹੀਦੇ ਆ ਅਤੇ ਕਹਿਣ ਜੇ ਬੰਦਾ ਇੱਕ ਬੰਦਾ ਵਿਚਾਰ ਸਕਦਾ ਵਾ ਦੇਰ ਤਾਂ ਕਹੀ ਨਾ ਵੀ ਨਹੀਂ ਲੱਗਦੀ ਹੈਗੀ ਤਿਲੇ ਥਾਂ ਅਸੀਂ ਮਾਰਿਆ ਰੂਟਾਵੇਟਰ ਇੱਕ ਸੀ ਲਾਈ ਰੂਟਾਵੇਟਰ 'ਤੇ ਇਹ ਵੀ ਕੱਲ੍ਹ ਕਾਸ਼ਤ ਕੀਤੀ ਹੈ ਤੇਰੀ ਵੀ ਮੂੰਗਾ ਸੀ ਅੱਜ ਕਾਸ਼ਤ ਕੀਤਾ ਵਾ ਮੇਰੇ 'ਤੇ ਚਾਚੂ ਨੇ ਵੀ 3 ਕਿਲੇ ਵੇਚੀ ਅਤੇ ਤੇਰੀ ਉਹ ਮੱਚ ਜੰਮ ਪਈ ਆ ਉਹਦੇ ਵੀ ਤੁਹਾਨੂੰ ਵੀਡੀਓ ਚੱਕ ਕੇ ਦਿਖਾਵਾਂਗੇ ਜੀ ਚਾਚੂ ਦੀ ਤੇਲੀ ਪਿੱਜੀ 3 ਕਿਲੇ ਜੀ ਆਹ ਦੇਖ ਸਕਦੇ ਜੀ ਜੰਮ ਪਈ ਆ ਆਹ ਦੇਖ ਸਕਦੇ ਜੀ ਕੁਝ ਨਿਕਲਦੀ ਪਈ ਵੀ ਆ ਕੋਈ ਜੰਮ ਪਈ ਆ ਕੋਈ ਨਿਕਲਦੀ ਪਈ ਆ ਮਾਸ਼ਾ ਚੰਗੀ ਸੋਹਣੀ ਤੇਲ ਜੰਮੀ ਆ ਕੋਈ ਨਿਕਲਦੀ ਪਈ ਵੀ ਆ ਵੱਟੇ ਪਾ ਦਿੱਤੀਆਂ ਵਾ ਮੂੰਗੀ ਵੀ ਪਾ ਦਿੱਤੀਆਂ ਤਿਲੀ 'ਚ ਵੀ ਪਾ ਕੇ ਅਤੇ ਸਿਰੇ ਸਿਰ ਚਾੜ ਦਿੱਤੇ ਮੂੰਗੀਆਂ 'ਤੇ ਰਹਿ ਗਈਆਂ ਜੀ ਹੁਣ ਹੋ ਗਏ ਦੁਪਹਿਰ 12 ਵੱਜ ਗਏ ਜੀ ਹੁਣ ਅਸੀਂ ਜਾਵਾਂਗੇ ਘਰ ਨੂੰ ਅਤੇ ਸ਼ਾਮ ਨੂੰ ਅਸੀਂ ਇੱਥੇ ਤਿਲੀ 'ਤੇ ਵੱਟਾ ਪਾਵਾਂਗੇ ਜੀ ਮੂੰਗੀ ਦੀਆਂ ਜਿੰਦਰਾ ਕ ਇੱਥੇ ਵੀ ਪਿਆ ਰਹਿੰਦੇ ਤਾਂ ਅਸੀਂ ਡਰੇਲ ਅਸੀਂ ਪਾਉਂਦੇ ਪਏ ਜੀ ਕੰਮ ਹੋ ਗਿਆ ਸਾਡਾ ਹੁਣ ਟਰੈਕਟਰ 'ਤੇ ਚੱਲਾਂ ਜੀ ਘਰ ਨੂੰ ਅਤੇ 385 ਟਰੈਕਟਰ ਜਿਹੜਾ ਸ਼ਹਿਜ਼ਾਦਾ ਟਰੈਕਟਰ ਆ ਜੀ
ਕਿ ਅਸੀਂ ਕਿਹੜੇ ਕਿ ਆ ਗਏ ਘਰ ਵਿੱਚ ਮੂਠ ਕੱਢਣੀ ਆ ਕਾਸ਼ਿਫ ਕਾਸ਼ਿਫ ਥੱਲੇ ਉਤਰ ਜਾ ਹੈ ਕਿਆ ਗੱਟੂ ਗੱਟੂ ਲੈ ਗਿਆ ਤੇ ਇੱਕ ਥਾਲੀ ਲੈ ਗਿਆ अठकुड़ी जी ट्रेल है साड़ी पड़वा देख सकता जी चंगा ਚੰਗਾ ਪੀਏ ਸੀਗਾ ਜੀ ਪਿਛਲੇ ਸਾਲ ਦੇ ਬਹੁਤ ਹੀ ਲੁੱਕ ਖਰਾਬ ਹੋ ਗਿਆ ਸੀਗਾ ਬਾਰਿਸ਼ਾਂ ਦੀ ਵਜ੍ਹਾ ਤੋਂ ਕਿਸੇ ਕਿਸੇ ਤੋਂ ਬਚਿਆ ਸੀ ਸਾਡਾ ਆਪਣਾ ਭੱਜ ਗਿਆ ਸੀਗਾ ਅਤੇ ਕੋਈ ਡੈਮੇਜ ਵੀ ਹੈਗਾ ਵਾ ते आया चल थोड़ा दूसरा कट्टू सी बड़ोची आ ਕੀ ਗੱਲ ਆ ਹੈ ਦੂਸਰਾ ਕਿਤੇ ਛੁੱਟ ਗਿਆ ਸਾਡੇ ਤੇ ਦੋ ਕੁੱਤੇ ਪਿਛਤੇ ਆ ਇਸ ਦਿਨਾਂ 'ਚ ਬੰਨ ਕੇ ਰੱਖ ਦੇਣਿਆਂ ਨੂੰ ਅਤੇ ਰਾਤ ਨੂੰ ਜੀ ਛੱਡੀ ਤਾਂ ਅਸੀਂ ਅਤੇ ਦਿਨ ਨੂੰ ਜੀ ਕਿਸੇ ਨੇ ਉੱਥੇ ਨੰਗੇ ਨਹੀਂ ਦਿੰਦੇ ਰਸਤੇ 'ਚੋਂ ਅਤੇ ਅੱਜ ਕੱਲ੍ਹ ਰਾਤ ਦਿਨ ਦਿਨੇ ਬੰਨ ਬੰਨ ਦੇਦਾ ਵਾ ਦੂਸਰਾ ਜੋੜਾ ਸਾਡੇ ਵਿੱਚ ਇੱਕ ਛੁੱਟ ਗਿਆ ਵਾ ਅਤੇ ਇੱਕ ਬੱਚਾ ਹੀ ਆ ਮੈਨੂੰ ਅਜੇ ਛੇ ਜੇ ਛੱਡਣਾ ਤਾਂ ਨਹੀਂਗਾ ਠਹਿਰ ਕੇ ਛੱਡੂੰਗਾ ਸਕੂਨ ਫੜਵਾਈ ਜਾ ਫਰਮਾ ਚ ਅੱਛਾ ਜੀ ਆਹ ਸੀ ਬਾੜਾ ਬਣਾਇਆ ਵਾ ਆਪਣਾ ਫਿਰ ਡੰਗਰ ਕੁਛ ਛੱਡੇ ਆ ਅਤੇ ਡੰਗਰ ਵਿੱਚ ਜੀ ਬਾਕੀ ਬਾਹਰ ਕੱਢੇ ਚੋਣ ਨੂੰ ਕੱਢੇ ਸੀਗੇ ਇਸ ਵਿੱਚ ਦੋ ਖੁਰਲੇ ਰੱਖੀਆਂ ਵਾ ਲੱਕੜ ਦੀਆਂ ਜਦੇ ਪੱਠੇ ਭਾਰ ਪਾ ਦਿੰਦੇ ਆ ਅਤੇ ਫਿਰ ਖਾਂਦੇ ਰਹਿੰਦੇ ਅਤੇ ਆ ਪਾਣੀ 'ਚ ਹਜੇ ਹੋਦੀ ਬਣਾਈ ਅਸੀਂ ਫਿਰ ਪਾਣੀ ਭਰ ਦਿੰਦੇ ਆਪੇ ਵੀ ਪੀਂਦੇ ਰਹਿੰਦੇ ਪਾਣੀ ਵੀ ਹੈਗਾ ਜੀ ਸਾਡੇ ਜੀ ਮਸਮ ਜੀ ਫਲੂਟਰ ਦਾ ਬਾਗ ਆ ਇੱਕ ਇੱਕ ਬੂਟਾ ਸੀ ਸਾਡਾ ਇੱਥੇ ਜੀ ਆਹ ਦੇਖ ਸਕਦੇ ਸੀ ਤੁਸੀਂ ਫਲੂਟਰ ਲੱਗਣ ਲੱਭੇ ਆ ਇਹ ਛੋਟਾ ਹੀ ਆ ਜੀ ਮਾਸ਼ਾ ਅੱਲਾ ਜੀ ਫਲ ਦਾ ਵਾਹਵਾ ਹੀ ਆ ਜੀ ਹੁਣ ਅਸੀਂ ਪੱਠੇ ਵੱਢਣੇ ਆ ਆਪਣੇ ਅਲੂਸਣ ਦੇ ਪੱਠੇ ਸੀਗੇ ਅਤੇ ਕੁਛ ਅਸੀਂ ਕਿਹਾ ਹੁਣ ਵੱਢ ਲਾਂਗੇ ਅਤੇ ਕੁਛ ਵੱਢਾਂਗੇ ਸੁਬਾਹ ਨੂੰ ਜੇ ਤਿੰਨ ਚਾਰ ਪਿੰਡ ਚਾਰ ਪਿੰਡਾਂ ਵੱਢੀ ਤਾਂ ਦੋ ਪਿੰਡ ਹੁਣ ਵੱਢ ਲੈਣੀ ਤੋ ਸੁਬਾਹ ਵੱਢਾਂਗੇ
ਲੁਸਣ ਹੈਗਾ ਜੀ ਸਾਡਾ ਜੀ ਡਿੱਗਾ ਹੋਇਆ ਅਤੇ ਅਸੀਂ ਨਾਲੇ ਇੱਕ ਚੂਹਾ ਪਿਆ ਵਾ ਉਸ ਕਿਹੜੇ ਨੂੰ ਉਹ ਚਾਰ ਸਾਲ ਜੇ ਹੋ ਗਏ ਸੀਗਾ ਉਸਨੂੰ ਇੱਥੇ ਇਸ ਕੋਲ ਅਸੀਂ ਅੱਧੇ ਕੁ ਹੁਣ ਵੱਢ ਲਏ ਅਤੇ ਅੱਧੇ ਕੁ ਸੂਹ ਵੱਢ ਲਏ ਆ ਆਹ ਸਾਡਾ ਹੈਗਾ ਲੂਸਰ ਅਤੇ ਪੰਡ ਘੱਡੀ ਆ ਜੇ ਆ ਬਿਰਲਾ ਬਹੁਤ ਆ ਅਤੇ ਚਾਰ ਸਾਲ ਹੋ ਗਏ ਜੀ ਪੁਰਾਣੇ ਲੂਸਰ ਨੂੰ ਖੜ੍ਹੇ ਨੂੰ ਹਜੇ ਮਾਸ਼ਾਅੱਲਾ ਸਹੀ ਹੈ ਚੂਹਾ ਪੈ ਗਿਆ ਸੀਗਾ ਅੱਜ ਤਾਂ ਗਾਂ ਉਹਦੇ 'ਚ ਚੂਹਾ ਵਾ ਅਤੇ ਪਿੱਛੇ ਹੈ ਨਹੀਂ ਗਾ ਚੂਹਾ ਅਤੇ ਉਸ ਹਿਸਾਬ ਨਾਲ ਪਿੱਛੇ ਸਿਰਫ ਫੋੜ ਕਰਦਾ ਵਾ ਮਾਸ਼ਾਅੱਲਾ ਹੈਗਾ 12 ਸਾਲ ਵਾ ਇਹ ਮਾਸ਼ਾਅੱਲਾ ਡਾਣੇ ਵੀ ਚੰਗੀ ਮੋਟੀ ਡਾਣੀ ਆ ਸੋਹਣੀ ਡਾਣੀ ਆ ਜੀ ਜੇ ਫੁੱਲ ਤਾਂ ਕਾਫੀ ਸੀਗਾ ਜੀ ਇਹ ਸਾਡਾ ਰਾਤਾ ਸੀਗਾ ਜੀ ਇਹ ਬੀ ਪਕਾਉਣ ਦਾ ਅਸੀਂ ਕਿਹਾ ਚਲੋ ਬੀ ਪਕਾ ਲਾਂਗੇ ਇਹਦਾ 12 ਸਾਲ ਦਾ ਡਾਣੀ ਮੋਟੀ ਆ ਜੇ ਡਿੱਗ ਗਿਆ ਹੁਣ ਸਿਰ ਵੱਢੀ ਜਾਂਦੇ ਆ ਇਹਦਾ ਬੀ ਤਾਂ ਪੱਕਣਾ ਕੋਈ ਨਹੀਂ ਹੈਗਾ ਜੀ ਨਾ ਇੰਨਾ ਫਲ ਹੀ ਪੈਣਾ ਵਾ